ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਦੀ ਇਸ ਵੀਡੀਓ ਵਿੱਚ ਮੈਥ ਦੀ ਪ੍ਰੋਬਲਮ ਸੋਲਵ ਕਰਨ ਜਾ ਰਹੇ ਹਾਂ ਜੋ ਕਿ ਕਲੌਕ ਦੇ ਨਾਲ ਸੰਬੰਧਿਤ ਹੈ। ਜਿਸ ਦਾ ਫਸਟ ਕੁਐਸਚਨ ਹੈ, ਵਟ ਵਿਲ ਬੀ ਦ ਐਂਗਲ ਬਿਟਵੀਨ ਦ ਆਰ ਐਂਡ ਦ ਮਿਨਟ ਹੈਂਡ ਆਫ ਅ ਕਲੌਕ ਵੈਨ ਦ ਟਾਈਮ ਇਜ਼ 3:27 ਮਿੰਟ, ਯਾਨੀ ਕਿ 3:27 ਮਿੰਟ। ਇਹ ਕੁਐਸਚਨ ਜਿਹੜਾ ਕਿ NTSC ਨੈਸ਼ਨਲ ਟੈਲੈਂਟ ਸਰਚ ਐਗਜ਼ਾਮੀਨੇਸ਼ਨ ਦੇ ਵਿੱਚ 2020 'ਚ ਕੁਐਸਚਨ ਆਇਆ ਸੀ, ਉਹਨੂੰ ਅਸੀਂ ਅੱਜ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਇਸ ਦੇ ਨਾਲ ਰਿਲੇਟਡ ਦੋ ਕੁਐਸਚਨ ਅਸੀਂ ਹੋਰ ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਜਿਸ ਦੇ ਆਪਸ਼ਨ ਹੈ, ਫਸਟ ਆਪਸ਼ਨ ਇਜ਼ ਦਾ 58 1/2 ਡਿਗਰੀ, 47 1/2 ਡਿਗਰੀ, 60 ਡਿਗਰੀ ਅਤੇ 57 ਡਿਗਰੀ। ਤੋ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਕਲੌਕ ਸਾਡੇ ਕੋਲ ਇੱਕ ਆਰ ਹੈਂਡ ਹੁੰਦਾ ਔਰ ਇੱਕ ਹੁੰਦਾ ਸਾਡੇ ਕੋਲ ਮਿਨਟ ਹੈਂਡ, ਠੀਕ ਹੈ ਜੀ। ਅਗਰ ਅਸੀਂ ਇਸਦਾ ਟ੍ਰਾਂਸਲੇਸ਼ਨ ਅਗਰ ਅਸੀਂ ਪੰਜਾਬੀ ਦੇ ਵਿੱਚ ਕਰੀਏ ਤਾਂ ਇਸ ਕੁਐਸਚਨ ਦਾ ਬਣ ਜਾਏਗੀ ਸਟੇਟਮੈਂਟ ਕਿ 3:27 ਦੇ ਘੜੀ ਦੀ ਘੰਟਿਆਂ ਵਾਲੀ ਸੂਈ ਅਤੇ ਮਿੰਟਾਂ ਵਾਲੀ ਸੂਈ ਦਾ ਕਿੰਨਾ ਕੋਣ ਹੋਏਗਾ, ਠੀਕ ਹੈ ਜੀ। ਮਿੰਟਾਂ ਵਾਲੀ ਸੂਈ ਅਤੇ ਘੰਟਿਆਂ ਵਾਲੀ ਸੂਈ ਦਾ ਕਿੰਨਾ ਕੋਣ ਹੋਏਗਾ। ਤੋ ਸਭ ਤੋਂ ਪਹਿਲਾਂ ਅਸੀਂ ਇਸਦਾ ਬੇਸਿਕ ਪੁਆਇੰਟ ਨੋਟ ਕਰਾਂਗੇ। ਸਭ ਤੋਂ ਪਹਿਲਾਂ ਕਿ ਐਂਗਲ ਟਰੇਸ ਬਾਈ ਦਾ ਆਰ ਹੈਂਡ, ਠੀਕ ਹੈ। ਅਗਰ ਸਭ ਤੋਂ ਪਹਿਲਾਂ ਅਸੀਂ ਆਰ ਹੈਂਡ ਦੀ ਗੱਲ ਕਰੀਏ ਤਾਂ ਐਂਗਲ ਟਰੇਸ ਬਾਈ ਆਰ ਹੈਂਡ 12 ਔਰ ਦੇ ਵਿੱਚ ਕਿੰਨਾ ਐਂਗਲ ਟਰੇਸ ਕਰੇਗੀ ਔਰ ਹੈਂਡ 360 ਡਿਗਰੀ। ਸਾਨੂੰ ਪਤਾ, ਦੇਖੋ ਜੀ, ਅਗਰ ਅਸੀਂ ਆਰ ਦੀ ਗੱਲ ਕਰਨੇ ਹਾਂ ਤਾਂ ਉਹ ਸਾਡੇ ਕੋਲ 12 ਔਰ, ਠੀਕ ਹੈ ਜੀ, 12 ਘੰਟਿਆਂ ਵਿੱਚ ਕਿੰਨੇ ਡਿਗਰੀ ਦਾ ਕੋਣ ਕਵਰ ਕਰੇਗੀ ਜੀ, 360 ਡਿਗਰੀ। ਅਗਰ ਅਸੀਂ 1 ਘੰਟੇ ਦੀ ਗੱਲ ਕਰੀਏ ਤਾਂ 1 ਘੰਟੇ 'ਚ ਕਿੰਨਾ ਕਵਰ ਕਰੇਗੀ, 360 ਡਿਗਰੀ ਬਾਏ 12, ਠੀਕ ਹੈ ਜੀ। ਹੁਣ ਅਸੀਂ ਜਿਹੜਾ ਸਾਨੂੰ ਟਾਈਮ ਗਿਵਨ ਦਿੱਤਾ 3:27, ਠੀਕ ਹੈ ਜੀ। ਤੋ ਇਹਨੂੰ ਅਸੀਂ ਟੋਟਲ ਪਹਿਲਾਂ ਆਰ ਵਿੱਚ ਚੇਂਜ ਕਰਾਂਗੇ, ਠੀਕ ਹੈ ਜੀ। 3:27 ਯਾਨੀ ਕਿ 3 ਔਰ ਤਾਂ ਸਾਡੇ ਕੋਲ ਕੰਪਲੀਟ ਹੈ, ਉਸ ਤੋਂ ਬਾਅਦ ਹੈ 27 ਮਿੰਟ। ਤਾਂ 27 ਮਿੰਟ ਨੂੰ ਅਸੀਂ ਔਰ ਵਿੱਚ ਚੇਂਜ ਕਰਾਂਗੇ ਤਾਂ 60 ਨਾਲ ਡਿਵਾਈਡ ਹੋ ਜਾਏਗਾ, ਇਹ ਵੀ ਮਿੰਟ ਦਾ ਕੀ ਬਣ ਜਾਏਗਾ ਜੀ, ਆਰ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਅਗਰ ਇਹਨੂੰ ਕਟਿੰਗ ਕਰੀਏ ਤਾਂ ਸਾਡੇ ਕੋਲ ਕੈਂਸਲ ਹੋ ਜਾਏਗਾ 3 ਦੇ ਟੇਬਲ ਨਾਲ 23 ਦਾ 60 ਅਤੇ 9:3 ਦਾ ਕਿੰਨਾ ਆ ਜਾਏਗਾ, 27। ਉਸ ਤੋਂ ਬਾਅਦ ਇਹ ਸਾਡੇ ਕੋਲ ਆ ਗਿਆ ਜੀ 3:9/20, ਜਦੋਂ ਨੂੰ ਅਸੀਂ ਇਕੱਠਾ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆ ਜਾਏਗਾ, 20 ਦਾ ਐਲਸੀਅਮ ਆ ਜਾਏਗਾ, ਇਹ ਆ ਜਾਏਗਾ ਸਾਡੇ ਕੋਲ 60+9, ਇਹ ਆ ਜਾਏਗਾ 69/20, ਇਹ ਕੀ ਬਣ ਗਿਆ ਜੀ, ਆਰ। ਹੁਣ ਅਸੀਂ ਇੱਥੇ ਕਰ ਚੁੱਕੇ ਹਾਂ ਕਿ 12 ਆਰ ਜਿਹੜਾ ਉਹ ਐਂਗਲ ਕੰਪਲੀਟ ਕਰਦਾ 360 ਡਿਗਰੀ 12 ਆਰ ਦੇ ਵਿੱਚ, 1 ਆਰ ਦੇ ਵਿੱਚ ਐਂਗਲ ਕਵਰ ਹੋਏਗਾ ਜੀ 360/12, ਜਦੋਂ ਸਾਡੇ ਕੋਲ ਟਾਈਮ ਆ ਜਾਏਗਾ 69/20 ਆਰ, ਤਾਂ ਇਸਦਾ ਐਂਗਲ ਆ ਜਾਏਗਾ 360/12 69/20। ਤੋ 0 ਦੇ ਨਾਲ 0 ਕੈਂਸਲ ਹੋ ਗਈ ਜੀ, ਔਰ ਇਹ ਆ ਜਾਏਗਾ 18 2 36, 2 1 2। ਉਸ ਤੋਂ ਬਾਅਦ ਇਹਨੂੰ ਅਸੀਂ ਅਗਰ ਅਸੀਂ 12 ਨੂੰ ਕੈਂਸਲ ਕਰਾਂਗੇ, 6 2 12 ਔਰ 6 3 18, ਉਸ ਤੋਂ ਸਾਡੇ ਕੋਲ ਆ ਗਿਆ ਜੀ 3:69/2। ਤੋ ਇਹਨੂੰ ਜਦੋਂ ਅਸੀਂ ਮਲਟੀਪਲਾਈ ਕਰਾਂਗੇ ਸਾਡੇ ਕੋਲ ਆ ਜਾਏਗਾ 2:07/2,
ਤਿੰਨੋਂ ਅਸੀਂ ਡਿਵਾਈਡ ਕਰ ਦਾਂਗੇ, ਸਾਡੇ ਕੋਲ ਆ ਜਾਏਗਾ ਜੀ 103.5 ਡਿਗਰੀ। ਹੁਣ ਅਸੀਂ ਨਿਕਾਲਣਾ ਐਂਗਲ ਜੀ ਮਿਨਟ ਦਾ, ਠੀਕ ਹੈ ਜੀ। ਹੁਣ ਅਸੀਂ ਆ ਜਾਈਏ ਦੂਸਰੀ ਸਾਈਡ 'ਤੇ ਕਰ ਲੈਂਦੇ ਹਾਂ ਕਿ ਐਂਗਲ ਟਰੇਸ ਬਾਈ ਮਿਨਟ ਹੈਂਡ, ਠੀਕ ਹੈ ਜੀ। ਐਂਗਲ ਟਰੇਸਡ ਬਾਏ ਮਿਨਟ ਹੈਂਡ ਇਨ 60 ਮਿਨਟ ਦੇ ਵਿੱਚ ਐਂਗਲ ਕਵਰ ਆ ਜਾਏਗਾ 360। ਤੋ 1 ਮਿਨਟ ਵਿੱਚ ਐਂਗਲ ਆ ਜਾਏਗਾ ਜੀ 360/60, ਔਰ ਅਸੀਂ ਨਿਕਾਲਣਾ 27 ਮਿੰਟ। 27 ਮਿੰਟ ਦੇ ਵਿੱਚ ਐਂਗਲ ਜਿਹੜਾ ਕਵਰ ਹੋਏਗਾ 360/60 ਇੰਟੂ 27 ਏ, 0 ਨਾਲ 0 ਕੈਂਸਲ ਹੋ ਜਾਏਗੀ, 6 6 ਤਾਂ 36 ਹੀ ਆ ਜਾਏਗਾ, 6 ਇੰਟੂ 27। ਤੋ ਇਹਨੂੰ ਜਦੋਂ ਅਸੀਂ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ ਜੀ 162। ਹੁਣ ਤੁਸੀਂ ਦੇਖ ਰਹੇ ਹੋ ਕਿ ਇਹ ਵਾਲਾ ਐਂਗਲ ਆ ਗਿਆ ਸਾਡੇ ਕੋਲ ਮਿਨਟ ਹੈਂਡ ਦਾ, ਔਰ ਇਹ ਵਾਲਾ ਐਂਗਲ ਆ ਗਿਆ ਸਾਡੇ ਕੋਲ ਆਰ ਹੈਂਡ ਦਾ। ਹੁਣ ਅਸੀਂ ਦੋਨਾਂ ਦਾ ਡਿਫਰੈਂਸ ਨਿਕਾਲਣਾ। ਤੋ ਐਂਗਲ ਟਰੇਸਡ ਬਾਏ ਆਰ ਹੈਂਡ ਆ ਗਿਆ ਜੀ 103.5, ਔਰ ਐਂਗਲ ਟਰੇਸਡ ਬਾਏ ਮਿਨਟ ਹੈਂਡ ਇਹ ਆ ਜਾਏਗਾ ਸਾਡੇ ਕੋਲ ਜੀ ਆ ਗਿਆ 162 ਡਿਗਰੀ। ਹੁਣ ਇਸਦਾ ਡਿਫਰੈਂਸ ਕੈਲਕੂਲੇਟ ਕਰਾਂਗੇ ਤਾਂ ਡਿਫਰੈਂਸ ਆ ਜਾਏਗਾ ਸਾਡੇ ਕੋਲ 162 - 103.5। ਜਦੋਂ ਅਸੀਂ ਮਾਈਨਸ ਕਰਾਂਗੇ ਇੱਥੇ ਆ ਜਾਏਗਾ 5, 1 ਆ ਜਾਏਗਾ, ਇੱਥੇ ਆ ਜਾਏਗਾ ਜੀ 8, ਇੱਥੇ ਆ ਜਾਏਗਾ ਜੀ 5, ਠੀਕ ਹੈ। ਡਿਫਰੈਂਸ ਕਰਕੇ ਆ ਜਾਏਗਾ 58.5 ਡਿਗਰੀ। ਇਸਦਾ ਆਪਸ਼ਨ ਸਾਡੇ ਕੋਲ ਆ ਗਿਆ ਜੀ, ਆਪਸ਼ਨ ਫਸਟ ਇਸਦਾ ਰਾਈਟ ਆਂਸਰ ਹੈ ਜੀ 58.12 ਡਿਗਰੀ, ਜਾਂ ਅਸੀਂ ਕਹਿ ਸਕਦੇ ਹਾਂ 58.5। ਨੈਕਸਟ ਕੁਸ਼ਚਨ ਹੈ, ਅਸੀਂ ਟਾਈਮ ਲੈ ਲੈਂਦੇ ਇਸ ਦੇ ਵਿੱਚ 5/20 ਮਿੰਟ ਟਾਈਮ 5/20 ਮਿੰਟ। ਇਸ ਦੇ ਵਿੱਚ ਅਸੀਂ ਮਿਨਟ ਹੈਂਡ ਔਰ ਆਰ ਹੈਂਡ ਸੇਮ ਹੀ ਕੁਸ਼ਚਨ ਹੈ, ਸਿਰਫ ਅਸੀਂ ਟਾਈਮ ਚੇਂਜ ਕੀਤਾ। ਮਿਨਟ ਹੈਂਡ ਅਤੇ ਆਰ ਹੈਂਡ ਦੇ ਐਂਗਲ ਦਾ ਡਿਫਰੈਂਸ ਫਾਈਂਡ ਆਊਟ ਕਰਨਾ। ਤੋ ਸਭ ਤੋਂ ਪਹਿਲਾਂ ਅਸੀਂ ਆਰ ਹੈਂਡ ਦੀ ਗੱਲ ਕਰਾਂਗੇ, ਔਰ ਇਸ ਦੇ ਵਿੱਚ ਆ ਜਾਏਗਾ ਐਂਗਲ ਟਰੇਸਡ ਬਾਏ ਔਰ ਹੈਂਡ ਇਨ 12 ਆਰ। 12 ਆਰ 'ਚ ਕਿੰਨਾ ਆ ਜਾਏਗਾ ਜੀ 360। 1 ਆਰ 'ਚ ਕਿੰਨਾ ਆ ਜਾਏਗਾ 360/12। ਤੋ ਟਾਈਮ ਨੂੰ ਅਸੀਂ ਟੋਟਲ ਆਰ ਵਿੱਚ ਚੇਂਜ ਕਰਾਂਗੇ ਤਾਂ ਆ ਜਾਏਗਾ 5 ਆਰ ਤੋਂ ਕੰਪਲੀਟ ਹੈ। ਮਿਨਟ ਨੂੰ ਅਸੀਂ ਆਰ 'ਚ ਚੇਂਜ ਕਰਾਂਗੇ ਤਾਂ ਇਹ ਆ ਜਾਏਗਾ ਸਾਡੇ ਕੋਲ 1/2। 5+1/2 ਇਹ ਸਾਡੇ ਕੋਲ ਆ ਜਾਏਗਾ ਜੀ, ਸੋਰੀ 1/3 ਆਏਗਾ ਇੱਥੇ। ਇਹ ਆ ਜਾਏਗਾ 15+1 ਯਾਨੀ ਕਿ 16/3। 16/3 ਹੁਣ ਅਸੀਂ ਐਂਗਲ ਕੈਲਕੂਲੇਟ ਕਰਾਂਗੇ। 16/3 ਆਰ ਦੇ ਵਿੱਚ ਐਂਗਲ ਆ ਜਾਏਗਾ 360 ਇੰਟੂ 16/3। ਤੈਨੂੰ ਅਸੀਂ ਕੈਂਸਲ ਕਰਾਂਗੇ ਕਿੰਨਾ ਆ ਜਾਏਗਾ ਜੀ 12। 120 ਇਹਨੂੰ ਕੈਂਸਲ ਕਰ ਦਾਂਗੇ, ਇੱਥੇ ਆ ਜਾਏਗਾ ਸਾਡੇ ਕੋਲ ਜੀ 10, ਔਰ ਇਹ ਆ ਜਾਏਗਾ 160 ਡਿਗਰੀ। ਹੁਣ ਅਸੀਂ ਕੈਲਕੂਲੇਟ ਕਰਾਂਗੇ ਮਿਨਟ ਹੈਂਡ ਦਾ ਐਂਗਲ, ਠੀਕ ਹੈ ਜੀ।
तो इत्थे आ जाएगा साडे कोल एंगल ट्रेस्ड बाय मिनट हैंड इन 60 मिनट। 60 मिनट च एंगल आ जाएगा जी 360। 1 मिनट विच एंगल आ जाएगा 360 बाय 60, कैंसल हो जाएगा, आ जाएगा 6 डिग्री। तो असी निकालना है 20 मिनट। 20 मिनट कि आ जाएगा जी 20 × 6, ये कि आ गया जी 120 डिग्री। हुण असी निकालेंगे डिफरेंस। तो यह आ गया साढ़े को मिनट हैंड का कि आ गया जी 120, आर हैंड का कि आ गया जी 160। इसका डिफरेंस निकालेंगे, डिफरेंस आ जाएगा साढ़े को 160 डिग्री माइनस 120 डिग्री, इसका डिफरेंस आ जाएगा जी 40 डिग्री। नैक्सट एक क्वेश्चन ले लें होर जी, इस टाइम लें 8:30। इस टाइम कितना आ गया जी 8:30। क्वेश्चन सेम है, असी एंगल फाइंड आउट करना है आर हैंड ते मिनट हैंड दे विच, और टाइम है 8:30। 8:30 दे टाइम दे विच मिनट हैंड यानी कि घंटिया वाली सूई ते मिनटा वाली सूई दे विच एंगल दा डिफरेंस यानी कि अंतर पता करना है। तो सब तो पहला असी इत्थे कैलकुलेट करांगे एंगल ट्रेस बाय और हैंड इन 12 आर। 12 आर आ जाएगा जी 360 डिग्री। तो 1 आर कि आ जाएगा 360 बाय 12। तो टाइम असी आर दे विच कंप्लीट करांगे, तो 8 आर कंप्लीट है प्लस 30 मिनट है, इनू असी आर विच चेंज करांगे। ये आ जाएगा जी 1/2, 8 + 1/2 इनू ऐड करांगे तो कितना आ जाएगा जी 16 + 1 = 2, ये आ जाएगा 17/2। तो जो असी इत्थे 17/2 आर दे विच एंगल कैलकुलेट करांगे, 360 × 12 ये मल्टीप्लाई हो जाएगा जी 17/2, इनू असी कैंसल कर लेंगे, आ जाएगा जी 180। 6 × 2 = 12 ते 6 × 3 = 20, 6 × 3 आ जाएगा 18, ठीक है जी। उस तो बाद कैंसल हो जाएगा 15, मल्टीप्लाई करेंगे असी 15 × 17, ये आ जाएगा 15 × 17 आ जाएगा 255 डिग्री। हुण असी कैलकुलेट करांगे एंगल ट्रेस्ड बाय मिनट हैंड इन 60 मिनट दे विच, ये आ जाएगा 360 जी, और 1 मिनट कितना आ जाएगा 360 बाय 60, कैंसल करांगे तो 6 डिग्री आ जाना है। किन्ने मिनट है साढ़े को 30 मिनट है, 30 मिनट विच एंगल आ जाएगा 30 × 6, ये कितना आ गया जी 180। हुण मिनट हैंड आ गया साढ़े को 180 डिग्री, और आर हैंड आ गया 255 डिग्री। तो असीं डिफरेंस कैलकुलेट करना, तो डिफरेंस कैलकुलेट करांगे 255 - 180, डिफरेंस आ जाएगा 515 बाय माइनस करांगे 8 आ जाएगा 75 डिग्री इज द आंसर आ जाएगा। तो फ्रेंड्स अगर तुहानू वीडियो अच्छी लगी है वीडियो लाइक और शेयर जरूर करना, अगर तुसी इस चैनल दे नवे हो तो चैनल नू सबसक्राइब करना। धन्यवाद, जय हिंद।